ਇਹਦੇ ਵਿੱਚ ਕੋਈ ਸ਼ੱਕ ਨਹੀਂ, ਗੁਰੂ ਸਾਡਾ ਇੱਕ ਹੈ, ਪਰ ਗੁਰੂ ਨੂੰ ਨਮਸਕਾਰ ਕਰਨ ਦੇ ਤਰੀਕੇ ਅਲੱਗ ਅਲੱਗ ਬਣ ਗਏ, ਮੁੱਖ ਵਾਕ ਲੈਣ ਦੇ ਵੀ ਤਰੀਕੇ ਅਲੱਗ ਅਲੱਗ ਨੇ। ਜਿਹੜੇ ਸਾਨੂੰ ਇੱਕ ਮਰਿਆਦਾ ਦੀ ਗੱਲ ਦੱਸਦੇ ਨੇ, ਜਿਹਨਾਂ ਨੂੰ ਥਾਂ ਥਾਂ 'ਤੇ ਮੱਥੇ ਟੇਕਣ ਦੀ ਆਦਤ ਪਈ ਹੈ, ਉਹਨਾਂ ਨੂੰ ਏਕਤਾ ਵਾਲੀ ਗੱਲ, ਇੱਕ ਮਰਿਆਦਾ ਵਾਲੀ ਗੱਲ ਕਦੇ ਵੀ ਹਜ਼ਮ ਨਹੀਂ ਹੁੰਦੀ। ਵੈਸੇ ਮੁੱਖ ਵਾਕ ਜਦੋਂ ਲਿਆ ਜਾਂਦਾ ਹੈ, ਮਰਿਆਦਾ ਜਿਹੜੀ ਅਕਾਲ ਤਖਤ ਵੱਲੋਂ ਪ੍ਰਵਾਨ ਅਤੇ ਉਹਦੇ ਮੁਤਾਬਕ ਸਿੱਧਾ ਹੀ ਹੈ ਕਿ ਤੁਸੀਂ ਜਦੋਂ ਇੱਦਾਂ ਪ੍ਰਕਾਸ਼ ਕਰਨਾ, ਤੁਹਾਡੇ ਖੱਬੇ ਬੱਲੇ ਜਿਹੜਾ ਪਹਿਲਾ ਸ਼ਬਦ ਆਇਆ ਉਹ ਤੁਸੀਂ ਪੜ੍ਹਨਾ। ਜੇ ਤਾਂ ਦੋ ਤੁਕਾਂ ਨੇ ਪਿੱਛੋਂ ਸ਼ੁਰੂ ਹੁੰਦਾ ਹੈ ਅਤੇ ਅੰਕ ਪਰਤ ਲੈਣਾ ਹੈ, ਜੇ ਸ਼ੁਰੂ ਹੀ ਇੱਥੋਂ ਹੁੰਦਾ ਜਿਵੇਂ ਭਾਂਡਾ ਧੋਏ ਬੈਸ ਧੁੱਪ ਦੇਵੋ ਤਾਓ ਦੁੱਧੇ ਕਹੋ, ਇਹ ਸ਼ੁਰੂ ਹੀ ਇੱਥੋਂ ਹੁੰਦਾ ਉੱਪਰੋਂ। ਤੋ ਕਈ ਸ਼ਬਦ ਨੇ ਸ਼ੁਰੂ ਪਿੱਛੇ ਹੁੰਦੇ ਨੇ, ਹਰ ਬਿਸਰਤ ਸਦਾ ਖੁਆਰੀ ਤਾਂ ਕੋ ਧੋਖਾ। ਤੋ ਜੇ ਸਾਰੇ ਇੱਕੇ ਤਰੀਕੇ ਨਾਲ ਮੁੱਖ ਵਾਕ ਲੈਣਗੇ, ਕਈ ਕਹਿਣਗੇ ਲੈ ਕੀ ਹਰਜ ਹੈ ਜੀ, ਉਹ ਵੀ ਤਾਂ ਬਾਣੀ ਪੜ੍ਹਦੇ ਨੇ। ਗੱਲ ਹਰਜ ਦੀ ਨਹੀਂ, ਗੱਲ ਇੱਕ ਮਰਿਆਦਾ ਦੀ, ਇੱਕ ਨਿਯਮ ਦੀ ਹੈ। ਤੁਸੀਂ ਘਰ ਵੀ ਬਿਨਾਂ ਮਰਿਆਦਾ ਤੋਂ ਚਲਾ ਕੇ ਵਿਖਾਓ, ਹਾਂ ਭਲਾ ਘਰ ਵੀ ਮਰਿਆਦਾ ਨਾਲ ਚੱਲਦੇ ਨੇ। ਬਾਹਰਲੇ ਦੇਸ਼ ਕੋ ਸੋਹਣੇ ਕਿਉਂ ਲੱਗਦੇ ਨੇ, ਕਿਉਂ ਸਾਡੇ ਪੁੱਤਰ ਧੀਆਂ ਚਾਹੁੰਦੇ ਨੇ ਵੀ ਪੈਸਾ ਖਰਚ ਕਰਕੇ ਅਸੀਂ ਅਗਲਿਆਂ ਨੇ ਦੇਸ਼ ਨੂੰ ਨਿਯਮ ਦੇ ਵਿੱਚ ਲਾਇਆ। ਤੁਸੀਂ ਆਪਣੇ ਇੱਕ ਖੇਤ ਤੋਂ ਟਿਊਬਵੈੱਲ ਤੋਂ 2 ਏਕੜ ਦੂਰ ਪਾਣੀ ਲੈ ਕੇ ਜਾਣਾ, ਉਹ ਵੀ ਮਰਿਆਦਾ ਨਾਲ ਲੈ ਕੇ ਜਾਈਦਾ, ਨਿਯਮ ਦੇ ਨਾਲ ਖੜਦੇ ਹਾਂ ਨਾ, ਆੜ ਦੇ ਨਾਲ ਖੜਦੇ ਹਾਂ। ਜਾਂ ਅੱਜ ਕੱਲ੍ਹ ਤਾਂ ਪਾਈਪਲਾਈਨ ਸਿਸਟਮ ਸ਼ੁਰੂ ਹੋਇਆ ਵੀ ਜ਼ਮੀਨ 'ਚ ਹੀ ਪਾਈਪ ਪਾ ਦਈਦੀ ਹੈ, ਉੱਤੇ ਤੁਸੀਂ ਭਾਵੇਂ ਟਰੈਕਟਰ ਲੰਘਾਈ ਫਿਰੋ, ਜਿਹੜੇ ਕਿਸਾਨ ਉਹਨਾਂ ਨੂੰ ਜ਼ਿਆਦਾ ਪਤਾ ਹੈ। ਤੁਸੀਂ ਪਾਣੀ ਵੀ ਤਾਂ ਨਿਯਮ ਨਾਲ, ਹੁਣ ਆਪਣੇ ਟਿਊਬਵੈੱਲ ਤੋਂ 4 ਕਿੱਲੇ ਪਾਣੀ ਦੂਰ ਲੈ ਕੇ ਜਾਣਾ ਤਾਂ ਕਿੱਦਾਂ ਖੜੋਗੇ ਜੀ, ਭਲਾ ਬੋਲੋ। ਉਹਨੂੰ ਜਿੱਦਾਂ ਲੈ ਕੇ ਉਹਨੂੰ ਅਸੀਂ ਨਿਯਮ ਕਹਿੰਦੇ ਹਾਂ, ਮਰਿਆਦਾ ਕਹਿੰਦੇ ਹਾਂ। ਬਿਨਾਂ ਮਰਿਆਦਾ ਤੋਂ ਤੁਸੀਂ ਖੁੱਲ੍ਹਾ ਪਾਣੀ ਛੱਡ ਦਿਓ, ਉੱਥੇ ਹੀ ਪਈ ਜਾਣਾ, ਦੂਰ ਜਾਣਾ ਹੀ ਨਹੀਂ। ਹੁਣ ਇੱਕ ਟਿਊਬਵੈੱਲ 10-10 ਕਿੱਲਿਆਂ ਦੀ ਫਸਲ ਪਾਲਦਾ ਹੈ, ਮਰਿਆਦਾ ਨਾਲ ਲੈ ਕੇ ਜਾਂਦੇ, ਉਹਨੂੰ ਤੁਹਾਡਾ ਦਿਲ ਕਰਦਾ ਅੱਜ ਇਸ ਕਿੱਲੇ ਨੂੰ ਪਾਣੀ ਨਹੀਂ ਚਾਹੀਦਾ, ਅਗਲੇ ਏਕੜ 'ਚ ਪਾਣੀ ਲੈ ਕੇ ਜਾਣਾ। ਬਿਨਾਂ ਮਰਿਆਦਾ ਤੋਂ ਖੜ ਕੇ ਵਿਖਾਓ ਭਲਾ। ਤੁਸੀਂ ਕਹੋ ਜੀ ਮੈਨੂੰ ਕੋਈ ਮਰਿਆਦਾ ਲਾਉਣੀ, ਸਿਰਫ ਪਾਣੀ ਚੱਲਣ ਦਿਓ। ਇੱਦਾਂ ਹਰ ਚੀਜ਼ ਦਾ ਕੋਈ ਨਿਯਮ ਹੈ, ਪਰਿਵਾਰ ਵੀ ਬਿਨਾਂ ਨਿਯਮ ਤੋਂ ਨਹੀਂ ਚੱਲਦੇ। ਇੱਥੇ ਸਾਰੇ ਆਮ ਮੁਹਾਰੇ ਹੋਏ ਫਿਰਦੇ ਨੇ, ਫਰਕ ਇਹ ਪੈ ਗਿਆ। ਤੋ ਆਓ ਗੁਰੂ ਬਖਸ਼ਿਸ਼ ਕਰੇ। ਜਿੱਦਣ ਅਸੀਂ ਇਸ ਗੱਲ ਨੂੰ ਸਮਝ ਲਿਆ ਨਾ, ਹੁਣ ਜਿਹੜੇ ਡੇਰੇਦਾਰਾਂ ਤੋਂ ਪੜ੍ਹੇ ਹੋਏ ਨੇ ਉਹ ਇੱਦਾਂ ਲੈਂਦੇ ਨੇ, ਸਵੇਰੇ ਹੁਕਮਨਾਮਾ ਉੱਪਰੋਂ ਲੈਣਾ ਹੈ, ਦੁਪਹਿਰੇ ਵਿਚਕਾਹੇ ਲੈਣਾ ਹੈ, ਅਤੇ ਸ਼ਾਮ ਨੂੰ ਅੰਕ ਦੇ ਥੱਲੜੇ ਬੰਨੇ ਜਾ ਕੇ ਲੈਣਾ। ਉਹ 3 ਵਾਰ ਮੁੱਖ ਵਾਕ ਵੱਖਰਾ ਵੱਖਰਾ ਕਰ ਦਿੰਦੇ ਨੇ। ਤੋ ਗੱਲ ਇਹ ਨਹੀਂ ਸੀ, ਭਾਵੇਂ ਪੜ੍ਹੀ ਬਾਣੀ ਜਾ ਰਹੀ, ਪਰ ਗੱਲ ਤਾਂ ਇੱਕ ਨਿਯਮ ਦੀ ਸੀ ਨਾ। ਹੁਣ ਮੁਸਲਮਾਨ ਤੁਸੀਂ ਕਦੀ ਵੇਖਿਓ ਏਅਰਪੋਰਟ ਦੇ ਉੱਤੇ, ਜਦੋਂ ਨਮਾਜ਼ ਦਾ ਟਾਈਮ ਹੋ ਜਾਂਦਾ, ਭਾਵੇਂ ਨੌਕਰੀ ਕਰਦੇ ਹੋਣ, ਉੱਥੇ ਨਮਾਜ਼ ਪੜ੍ਹਨ ਲੱਗ ਪੈਂਦੇ ਨੇ। ਸਾਡਾ ਤਾਂ ਨੇਮ ਹੀ ਕੋਈ ਨਹੀਂ ਰਹਿ ਗਿਆ, ਇੱਕ ਸਾਰਾ ਕੁਝ ਹੀ ਬਦਲ ਗਿਆ। ਤੋ ਇਹ ਸਮੱਸਿਆ ਹੈ, ਇੱਕ ਬੰਨੇ ਤਰ੍ਹਾਂ ਤਰ੍ਹਾਂ ਦੀ ਮਰਿਆਦਾ ਹੈ, ਇੱਕ ਬੰਨੇ ਇੱਕ ਮਰਿਆਦਾ ਹੈ ਅਕਾਲ ਤਖਤ ਵੱਲੋਂ ਪ੍ਰਵਾਨਿਤ। ਕਈ ਸਾਰੇ ਜਾਣਗੇ ਜੀ ਉਹ ਬਹੁਤ ਵਧੀਆ, ਠੀਕ ਹੈ, ਕੋਈ ਮਾੜਾ ਮੋਟ ਉੱਚਾ ਨੀਵਾਂ ਹੋ ਸਕਦਾ, ਕੋਈ ਉਹ 'ਚ ਫਰਕ ਹੈ, ਅਤੇ ਆਉਣ ਵਾਲੇ ਸਮੇਂ 'ਚ ਉਹ 'ਚ ਵਾਧ ਘਾਟ ਹੋ ਸਕਦੀ, ਪਰ ਕਮ ਸੇ ਕਮ ਡੇਰੇਦਾਰਾਂ ਦੀ ਮਰਿਆਦਾ ਨਾਲੋਂ ਉਹ ਮਰਿਆਦਾ ਫਿਰ ਵੀ ਚੰਗੀ ਹੈ। ਡੇਰੇਦਾਰਾਂ ਦੀ ਮਰਿਆਦਾ ਤਾਂ RSS ਨਾਲ ਬਹੁਤ ਜ਼ਿਆਦਾ ਮੇਲ ਖਾਂਦੀ ਹੈ, ਫਿੱਟ ਬਹਿੰਦੀ ਅਗਲਿਆਂ ਨੂੰ, ਕਿਉਂਕਿ ਬਹੁਤ ਗੱਲਾਂ ਉਹਨਾਂ ਦੀਆਂ ਉਹਨਾਂ ਨਾਲ ਬੋਲੋ ਜੀ ਰਲਦੀਆਂ ਨੇ। ਤੋ ਆਓ ਗੁਰੂ ਬਖਸ਼ਿਸ਼ ਕਰੇ, ਤਾਂ ਹੀ ਉਹ ਸੰਮੇਲਨਾਂ ਵਿੱਚ ਵੀ ਇੱਕ ਦੂਜੇ ਦੇ ਸ਼ਾਮਿਲ ਹੋ ਜਾਂਦੇ ਨੇ, ਉਹਨਾਂ ਨੂੰ ਪਤਾ ਵੀ ਇਹਨਾਂ ਦੇ ਕੰਮ ਸਾਡੇ ਨਾਲ ਕਾਫੀ ਹੱਦ ਤੱਕ ਮੇਲ ਖਾਂਦੇ ਨੇ। ਆਓ ਗੁਰੂ ਬਖਸ਼ਿਸ਼ ਕਰੇ।